अज फिर टिकरी बार्डर लई ते सिद्धू बार्डर लई एक होर गड्डी जा रही है रस्त लैके, जिस दा उद्यम और सेवा सरदार सरबजीत सिंह जिन्हां नूं साडे प्यार नाल ही फोरमैन साहब भी कहिंदे आ उन्हां दे उपराले नाल जा रही है जी। उधर उन्हां दे जिहड़े ब्रदर आ ओह इटली आ, उन्हां ने वीरां ने मतलब कि इस वे सारा सहयोग किया। इन्हां ने अगे भी एक गड्डी भेजी आ बालण दी, ਉਹ ਵੀ ਭੇਜੀ ਗਈ ਆ, ਉਹ ਵੀ ਉਦਣ ਸਿੱਧੂ ਬਾਰਡਰ ਤੇ ਭੇਜੀ ਗਈ ਸੀ। ਅੱਜ ਫੇਰ ਇਹ ਵੀਰ ਦੁਬਾਰਾ ਉਪਰਾਲਾ ਕਰ ਰਹੇ ਆ। ਇਹਦੇ ਵਿੱਚ ਵੀ ਅੱਜ ਇਹ 1200 ਪੇਟੀ ਆਪਣੀ ਪਾਣੀ ਦੀ ਤੇ 20,000 ਤਕਰੀਬਨ ਡਿਸਪੋਜ਼ਲ ਜਿਹੜੀ ਪਲੇਟ ਆ ਉਹ ਭੇਜੀ ਜਾ ਰਹੀ ਆ। ਬਾਕੀ ਹੋਰ ਵੀ ਉੱਥੇ ਇਹ ਆਪਣੇ ਉੱਥੇ ਲੰਗਰਾਂ ਦੇ ਹਿਸਾਬ ਨਾਲ ਜੋ ਉੱਥੇ ਦਾ ਹੋਇਆ ਉਹ ਦੇਖ ਕੇ ਮਾਹੌਲ ਉਹਦੇ ਹਿਸਾਬ ਨਾਲ ਉੱਥੋਂ ਕਹਿੰਦੇ ਉੱਥੋਂ ਵੀ ਸਮਾਨ ਲੈ ਕੇ ਅਸੀਂ ਦੇ ਕੇ ਆਵਾਂਗੇ। ਅਸੀਂ ਟਰੱਕ ਯੂਨੀਅਨ ਨਕੋਦਰ ਵੱਲੋਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਇੱਦਾਂ ਦੇ ਵੀਰਾਂ ਦੇ ਸਿਰ ਤੇ ਹੀ ਉਹ ਜਿਹੜੇ ਉੱਥੇ ਲੰਗਰ ਚੱਲ ਰਹੇ ਆ ਨਾ, ਤੇ ਉਹ ਇੱਦਾਂ ਦੇ ਵੀਰਾਂ ਦੇ ਸਿਰ ਤੇ ਹੀ ਚੱਲ ਰਹੇ ਆ ਕਿ ਆਪਾਂ ਨੂੰ ਵੀ ਪਿੱਛੇ ਜੇ ਉੱਥੇ ਲੋਕ ਜਿਹੜੇ ਬੈਠੇ ਆ ਉਹ ਦੇਖੋ ਠੰਡ ਦੇ ਵਿੱਚ ਕਿੱਦਾਂ ਇੱਦਾਂ ਦੀ ਠੰਡ ਦੇ ਵਿੱਚ ਦਿਨ ਰਾਤ ਉੱਥੇ ਡਟੇ ਹੋ ਆ। ਅਸੀਂ ਇਹ ਜਿਹੜੀ ਸਾਡੀ ਆ ਅਸੀਂ ਸਿਰਫ ਇੰਨਾ ਕਰ ਸਕਦੇ ਹਾਂ ਵੀ ਅਸੀਂ ਜਿਹੜਾ ਰਸ ਦੇ ਆ ਮਗਰ ਪਹੁੰਚਾ ਸਕੀਏ ਕਿ ਉੱਥੇ ਕਿਸੇ ਚੀਜ਼ ਦੀ ਥੋੜ ਨਾ ਆਵੇ। ਇਹ ਬਹੁਤ ਵੱਡਾ ਉਪਰਾਲਾ ਇਹਨਾਂ ਭਰਾਵਾਂ ਵੱਲੋਂ, ਅਸੀਂ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਸਾਡੀ ਟਰੱਕ ਯੂਨੀਅਨ ਵੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜਾ ਐਡਾ ਉਦਮ ਕਰ ਰਹੀ ਹੈ ਜੀ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਜੀ ਮੈਂ ਟਰੱਕ ਯੂਨੀਅਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਸੇਵਾ ਲਈ ਸਾਡੇ ਲਈ ਗੱਡੀ ਦਿੱਤੀ ਇਹਨਾਂ ਨੇ, ਪਹਿਲਾਂ ਵੀ ਦਿੱਤੀਆਂ ਹੁਣ ਵੀ ਦਿੱਤੀਆਂ। ਦੂਜਾ ਸਰ ਜੀ ਮੈਂ ਬਾਹਰਲੇ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਆਪਣੇ ਬੈਨਗਾਮ ਇਟਲੀ ਤੋਂ ਜਿਨ੍ਹਾਂ ਨੇ ਸੇਵਾ ਕਰ ਲਈ, ਉਹਨਾਂ ਦਾ ਬਹੁਤ ਬਹੁਤ ਭਾਗੀ ਅਸੀਂ ਵੀ ਅਸੀਂ ਉਹ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਤੇ ਉਹਨਾਂ ਦੀ ਸੇਵਾ ਲੈ ਕੇ ਅਸੀਂ ਰਸ ਲੈ ਕੇ ਜਾ ਰਹੇ ਹਾਂ। ਪਰਮਾਤਮਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਵੀਰ ਜੀ ਹੱਥ ਰੱਖੇ, ਵੱਡੀ ਗੱਲ ਇਹ ਹੈਗੀ ਆ ਜਿਹੜਾ ਮੋਦੀ ਸਰਕਾਰ ਹੈਗੀ ਆ ਉਹ ਹਜੇ ਵੀ ਟੱਸ ਤੋਂ ਮਸ ਨਹੀਂ ਹੋ ਰਹੀ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ, ਤੁਹਾਡਾ ਇਹਦੇ ਵਿੱਚ ਕੀ ਵਿਚਾਰ ਹੈਗਾ ਵਾ? ਭਾਜੀ ਅਸੀਂ ਟੱਸ ਤੇ ਮਸ ਕਰਾ ਕੇ ਹਟਾਂਗੇ ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪੈ ਜਾਵੇ। ਅਸੀਂ ਰਸਤ ਲੈ ਕੇ ਪਹੁੰਚਣਾ, ਮਗਰ ਸਾਡੇ ਭਰਾ ਬਜ਼ੁਰਗ ਸਾਡੇ ਬੈਠੇ ਠੰਡ 'ਚ, ਅਸੀਂ ਇੰਨਾ ਵੀ ਉਪਰਾਲਾ ਨਹੀਂ ਕਰ ਸਕਦੇ ਉਹਨਾਂ ਦੇ, ਮਗਰ ਜਾਣ ਯੋਗੇ ਤਾਂ ਅਸੀਂ ਹੈਗੇ ਹੀ ਹਾਂ। ਅਤੇ ਇਹ ਜਿਹੜਾ ਉਪਰਾਲਾ ਜੀ ਆਪਣੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਕੀਤਾ ਜੀ, ਬਹੁਤ ਬਹੁਤ ਧੰਨਵਾਦ ਦਈ ਹਾਂ ਜੀ ਸਾਰਿਆਂ ਦਾ। ਦੂਜਾ ਨੰਬਰ ਜੀ ਨਕੁਦਰ ਟਰੱਕ ਜਿਹਨਾਂ ਜੀ, ਕੋਈ ਵੀ ਕਦੋਂ ਵੀ ਤੁਹਾਨੂੰ ਗੱਡੀ ਦੀ ਲੋੜ ਪੈਂਦੀ ਹੈ ਜੀ ਹਾਜ਼ਰ ਹੈ ਜੀ। ਕੋਈ ਵੀ ਮਤਲਬ ਤੇਲ ਤੋਂ ਸ਼ੋਰਟੇਜ ਹੁਣ ਤਾਂ ਤੇਲ ਵੀ ਮਤਲਬ ਨਹੀਂ ਕਹਿੰਦੇ, ਇਹਨਾਂ ਦਾ ਬਹੁਤ ਬਹੁਤ ਧੰਨ ਨਹੀਂ ਹੈ। ਦੂਜਾ ਨੰਬਰ ਅਸੀਂ ਮੀਡੀਆ ਦਾ ਬਹੁਤ ਧੰਨਵਾਦ ਜੀ, ਤੁਸੀਂ ਇਕੱਲੀ ਇਕੱਲੀ ਸਾਡੀ ਜਿਹੜੀ ਗੱਲ ਨਾ ਸਰਕਾਰ ਤੇ ਪਹੁੰਚਾ ਰਹੇ ਹਾਂ, ਹਲੇ ਸਰਕਾਰ ਤੇ ਜਿਹੜੇ ਨੇ ਨਾ ਕੰਨ ਤੇ ਜੋ ਨਹੀਂ ਥੱਕ ਰਹੀ, ਹੌਲੀ ਹੌਲੀ ਕੋਈ ਟਾਈਮ ਸਮਾਂ ਹੁੰਦਾ ਕਿਉਂਕਿ ਤੁਸੀਂ ਵੀ ਦੇਖਦੇ ਹੋ ਤੁਸੀਂ ਕਿੰਨਾ ਉਪਰਾਲਾ ਕਰ ਰਹੇ ਹੋ ਸਾਡੇ ਵੱਲੇ। ਦੂਜਾ ਨਾ ਸਾਡੇ ਤੋਂ ਭੈਣ ਭਰਾ ਬੈਠੇ ਆ, ਸਾਨੂੰ ਪਤਾ ਤਾਂ ਕੀ ਹਾਲਾਤ ਆ ਕਿੱਦਾਂ ਕੰਮ ਚੱਲ ਰਿਹਾ, ਠੀਕ ਨੀ, ਉੱਥੇ ਵੀ ਕਿਸੇ ਗੱਲ ਦੀ ਕਮੀ ਨਾ ਆਈ ਆ, ਨਾ ਆਉਣ ਦਿੱਤੀ ਆ। ਇਹ ਸਾਰਾ ਜਿਹੜਾ ਉਪਰਾਲਾ ਇਧਰੋਂ ਐਨ ਆਰ ਆਈ ਭਰਾਵਾਂ ਦੇ ਨਾਲ ਹੋ ਰਿਹਾ ਆ। ਧੰਨਵਾਦ, ਬਹੁਤ ਤੁਹਾਡਾ ਸ਼ੁਕਰੀਆ ਜੀ। ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।